ਅਤੇ ਬਾਕੀ ਗਾਈ ਜਿਹਨੇ ਕਨੈਕਸ਼ਨ ਕਰਤੇ ਹੁਣ ਤੁਹਾਨੂੰ ਜਗਾ ਕੇ ਦਿਖਾਉਣਾ ਕਿਵੇਂ ਕਿਵੇਂ ਕਰਤੇ ਇਹ। ਦੇਖ ਪਹਿਲਾਂ ਉਹ ਫਿਰ ਉਹ ਲੋਡ ਘੈਂਟ ਲੱਗਦੀ ਨਾ, ਅਤੇ ਬਾਕੀ ਹੋਰ ਵੀ ਮੋਡ ਆ, ਮੈਂ ਹੋਰ ਚੇਂਜ ਕਰਕੇ ਦਿਖਾਉਣਾ ਤੁਹਾਨੂੰ। ਬਾਕੀ ਪਹੁੰਚ ਗਏ ਸੀਗੇ ਜੀ ਚੱਕੀ 'ਤੇ। ਲਓ ਜੀ ਬਾਕੀ ਆਪਾਂ ਲਾਈਟਾਂ ਜਗਾਤੀਆਂ ਸੀਗੀਆਂ ਜੀਪ ਦੀਆਂ। ਮਿੱਤਰੋ ਆਹ ਨਵਾਂ ਫਲੈਸ਼ਰ ਹੈ ਇਹਦਾ, ਹਾਰਨ ਟਿਊਨਰ ਕਹਿੰਦੇ ਹੁੰਦੇ ਇਹਨੂੰ, ਇਲੈਕਟ੍ਰੀਸ਼ਨ ਹਾਰਨ ਟਿਊਨਰ। ਅਤੇ ਬਾਕੀ ਇਹਨੂੰ ਕਰਦੇ ਆਪਾਂ ਫਿੱਟ, ਅਤੇ ਫਿਰ ਦੇਖੋ ਜਿਹੜੀਆਂ ਆਪਣੀਆਂ ਬੱਤੀਆਂ ਜਿਹੀਆਂ ਖੜ ਗਈਆਂ ਜਗਮਗ ਕਰਨ ਨੂੰ ਖੜ ਗਈਆਂ ਸੀਗੀਆਂ, ਅਤੇ ਇਹਦੇ ਨਾਲ ਕਰ ਦਿੰਦੇ ਤੁਹਾਨੂੰ ਮੋਡ ਬਦਲ ਕੇ ਦਿਖਾਵਾਂਗੇ। ਅਤੇ ਬਾਕੀ ਆਹ ਫਲੈਸ਼ਰ ਜੋ ਗਿਆ ਸੀ ਆਪਣਾ ਖਰਾਬ, ਅਤੇ ਜੋ ਤਾਂ ਤਾਰਾਂ ਪੱਟੀ ਜਾਂਦਾ। ਵੈਲਕਮ ਮਿੱਤਰੋ, ਸਵਾਗਤ ਆ ਤੁਹਾਡਾ ਆਪਣੇ ਇੱਕ ਹੋਰ ਨਵੇਂ ਘੈਂਟ ਦੇ ਵਲੋਗ ਦੇ ਵਿੱਚ। ਅਤੇ ਬਾਕੀ ਅੱਜ ਆਪਾਂ ਇੱਕ ਤਾਂ ਕਰਨੀ ਜੀਪ ਸਟਾਰਟ, ਜੀਪ ਸਟਾਰਟ ਕਰਕੇ ਇੱਕ ਕਰਨੀ ਆ ਸ਼ੈਡ 'ਤੇ, ਅਤੇ ਅੱਜ ਆਪਾਂ ਟਰੈਕਟਰ ਵੀ ਸਟਾਰਟ ਕਰਦੇ ਦੋਨੇ ਜੀਪ ਸ਼ੈਡ 'ਤੇ ਕਰਕੇ ਤੁਹਾਨੂੰ ਦੱਸਦਾ ਮੈਂ। ਅਤੇ ਆਪਾਂ ਇੱਥੋਂ ਭਰਨੇ ਆ ਦਾਣੇ ਨੂੰ ਗੱਟੇ ਕਣਕ ਦੇ, ਅਤੇ ਉਹਦੇ ਲਈ ਆਪਾਂ ਨੂੰ ਪ੍ਰੀ ਟਰੈਕਟਰ ਥੋੜ੍ਹਾ ਗਾਂਹ ਕਰਨਾ ਪਊਗਾ, ਅਤੇ ਨਾਲੇ ਆਪਾਂ ਥੋੜ੍ਹੀ ਜੀ ਪੈਕ ਪੈਕ ਕਰਾ ਕਰਕੇ ਅਤੇ ਟਰੈਕਟਰ ਥੋੜ੍ਹਾ ਗਾਂਹ ਕਰ ਦਾਂਗੇ, ਨਾਲੇ ਇੰਨੇ ਚੱਲ ਜਾਣਗੇ ਇਹ 10-10 ਮਿੰਟ। ਅਤੇ ਬਾਕੀ ਕੱਢਦੇ ਇਹਨਾਂ ਨੂੰ ਬਾਹਰ, ਜੀਪ ਨੂੰ ਕੱਢ ਦਈਏ ਬਾਹਰ, ਅਤੇ ਇਹਨੂੰ ਇਹਨੂੰ ਇੱਥੇ ਕਿਹੜਾ ਚੱਲੀ ਜਾਊਗਾ ਸਵਰਾਜ ਤਾਂ, ਪ੍ਰੀ ਥੋੜ੍ਹਾ ਗਾਂਹ ਕਰਕੇ ਸਟਾਰਟ ਕਰ ਦਾਂਗੇ, ਉਹ ਉੱਥੇ ਚੱਲੀ ਜਾਊਗਾ, ਪੰਜ ਪੰਜ 10-10 ਮਿੰਟ ਚਲਾ ਦਾਂਗੇ ਇਹਨਾਂ ਨੂੰ। ਬਾਕੀ ਕਰਦੇ ਜੀਪ ਸਟਾਰਟ, ਇੱਧਰ ਦੀ ਚੱਲਣ ਦੇ ਮੇਰੇ ਬਿਓ, ਇੱਧਰ ਖੜਾ 45 ਗਿਰਾ ਕਹਿੰਦੇ ਮੇਰੇ ਬਿਓ, ਓਟਾ ਕੱਢ ਲਈਏ ਓਟਾ ਚਾਬੀ ਚਾਬੀ ਲਾਓ ਚਾਬੀ, ਸੁੱਚਾ ਸਾਚਾ ਛੱਡ ਦਿਓ ਕਹਿੰਦੇ ਮੇਰੇ ਵੀਰੋ, ਚਾਬੀ ਲਾਓ ਇਹ ਕਿਵੇਂ ਚੱਲਦੀ, ਹੌਲੀ ਹੌਲੀ ਸਟਾਰਟ ਹੌਲੀ, ਸਮੋਕਿੰਗ ਸਮੋਕਿੰਗ। ਜੀਪ ਤਾਂ ਕਰਤੀ ਆਪਾਂ ਇੰਨੀ ਬਿੱਥ ਪਾਤੀ, ਅਤੇ ਥੋੜ੍ਹਾ ਟਰੈਕਟਰ ਗਾਂਹ ਕਰ ਦੇਗੇ, ਓਟਾ ਕੱਢ ਲਈਏ, ਚਲੋ ਕਰ ਗਏ ਸਟਾਰਟ। ਬਹੁਤ ਦਿਨ ਹੋ ਗਏ ਇਹਨੂੰ ਵੀ, ਨਾਲੇ ਬਲੌਗ ਬਲੂ ਬਣ ਜੂ, ਬਹੁਤ ਦਿਨ ਹੋ ਗਏ ਬਲੌਗ ਨਹੀਂ ਪਾਇਆ। ਅਤੇ ਬਾਕੀ ਦੇਖਦੇ ਅੱਜ ਉਹਦਾ ਲਿਆ ਕੇ ਫਲੈਸ਼ਰ ਲਾਉਣੇ ਲੱਟਾਂ, ਚਾਲ ਵੀ ਝੋਟਿਆ ਇੱਕ ਮਿੰਟ ਚੋ ਖਿੱਚ ਕੇ ਸਟਾਰਟ ਕਰਕੇ ਦੇਖਦਾ ਮੈਂ। ਇਹ ਤਾਂ ਗਾਈਸ ਸਟਾਰਟ ਹੋਇਆ ਨਹੀਂ ਕਿਉਂਕਿ ਬੈਟਰੀ ਖਾ ਗਿਆ ਖੜਾ ਖੜਾ, ਇੱਕ ਵਾਰੀ ਇਹਨੂੰ ਧੱਕਾ ਲਾਉਣਾ ਪਊਗਾ, ਪਰ ਆਪਾਂ ਉਹ ਵੀ ਧੱਕਾ ਲਾ ਕੇ ਬਸ ਥੋੜ੍ਹਾ ਗਾਂਹ ਕਰ ਦੇਣੇ, ਗੱਟੇ ਭਰੇ ਜਾਣਗੇ, ਅਤੇ ਉਹਨੂੰ ਚਲਾ ਦੇ 5 ਮਿੰਟ ਸਵਰਾਜ ਨੂੰ। ਇਹ ਤਾਂ ਬੈਟਰੀ ਕਿਰਨ ਲੋਹ 'ਚ ਲੈ ਗਿਆ, ਬਾਕੀ ਇਹਨੂੰ ਜਦੋਂ ਸਟਾਰਟ ਕਰਤਾ ਇਹਨੂੰ ਵੀ ਕਰ ਦਾਂਗੇ, ਜਦੋਂ ਸਟਾਰਟ ਹੋਇਆ ਇਹਨੂੰ ਚੱਲ ਜੂਗਾ। ਬੈਟਰੀ ਖਾ ਗਿਆ, ਬੈਟਰੀ ਸਹੀ ਆ, ਬੈਟਰੀ ਸਹੀ ਹੈ, ਤਾਂ 2 ਸਾਲ ਹੀ ਹੋਏ ਤਰ੍ਹਾਂ ਨਵੀਂ ਨੂੰ। ਅਤੇ ਬਾਕੀ ਇਹਨੂੰ ਕਰ ਦੇਣੇ 5 ਮਿੰਟ ਸਟਾਰਟ ਛੋਟੇ ਨੂੰ, ਅਤੇ ਬਾਕੀ ਲਾਉਣੇ ਤਾਂ ਅੱਜ ਫਲੈਸ਼ਰ ਨਵਾਂ, ਚਾਲ ਹੋਏ ਤੂੰ ਤਾਂ ਸਟਾਰਟ ਹੋ ਗਿਆ ਤਾਂ ਬੈਟਰੀ ਚਾਰਜ ਕਰੀ ਜਾਂਦਾ ਤਾਂ ਇਹਨੇ ਇਹਨੂੰ ਚੱਲ ਜਾਂਦੇ 5-7 ਮਿੰਟ, ਬਾਕੀ ਇਹਨੇ ਗਰਮ ਹੋ ਜੂਗਾ ਟਰੈਕਟਰ, ਜੇ ਆਪਾਂ ਇਹਨੇ ਗੱਟੇ ਗੁੱਟੇ ਭਰ ਕੇ ਫਿਰ ਜਿੱਤ ਕੇ ਆਵਾਂਗੇ, ਜਾਂ ਜੀਪ ਲੈ ਜਾਵਾਂਗੇ ਜਾਂ ਫਰੀਜ ਲੈ ਜਾਵਾਂਗੇ ਕਿਤੇ ਉਹ। ਲਓ ਵੀ 5-7 ਮਿੰਟ ਹੋ ਗਏ ਇਹਨੂੰ ਚੱਲੀ ਜਾਂਦੇ, ਇੱਥੋਂ ਹੁਣ ਆਪਾਂ ਨਹੀਂ ਕਰਦੇ ਬੰਦ, ਚੱਲ ਗਿਆ ਵਧੀਆ, ਬਾਕੀ ਉਹ ਨਹੀਂ ਸਟਾਰਟ ਹੋਇਆ, ਉਹਨੂੰ ਵੀ ਆਪਾਂ ਕਰਾਂਗੇ ਸਟਾਰਟ, ਜਾਂ ਤਾਂ ਉਹਦੀ ਬੈਟਰੀ ਚਾਰਜ ਲਾ ਲੈਣਾ ਮੀਟਰ 'ਤੇ, ਜਾਂ ਧੱਕਾ ਲਾ ਕੇ ਮਾੜਾ ਸਟਾਰਟ ਕਰਨਾ ਇੱਕ ਵਾਰੀ। ਬਾਕੀ ਕਰ ਦਈਏ ਇਹਨੂੰ ਬੰਦ, ਬਾਕੀ ਹੁਣ ਅਸੀਂ ਜੀਪ ਬਾਹਰ ਕੱਢ ਲਈ ਸੀਗੀ, ਅਤੇ ਇਹਦੀਆਂ ਲਾਈਟਾਂ ਜਿਹੀਆਂ ਚਲਾਉਣੀਆਂ ਆਹ, ਅਤੇ ਬਲਬ ਜਿਹੜੇ ਉਹ ਵੀ ਪਾਉਣੇ ਆਗੇ, ਅਤੇ ਤੁਹਾਨੂੰ ਦਿਖਾਉਣੇ ਆ ਮਿੱਤਰੋ ਸਾਰਾ ਆਪ ਸਮਾਨ,
ਇਹ ਆਹ ਪਏ ਬਲਮ ਇੰਡੀਕੇਟਰ ਵਾਲੇ, ਅਤੇ ਇੱਕ ਆਪਣੇ ਸਵਰਾਜ ਲਈ ਰੇਲ ਕਹਿੰਦੀ ਨਵੀਂ, ਉਹ ਵੀ ਦਿਖਾਉਣਾ ਤੁਹਾਨੂੰ ਮਿੱਤਰੋ। ਜਾਗਮਾ ਕਰਨ ਨੂੰ ਬੱਤੀਆਂ ਲਿਓ, ਪਹਿਲਾਂ ਲਿਆ ਆਪਣਾ ਫਲੈਸ਼ਰ ਜਿਹਾ ਖਰਾਬ ਹੋ ਗਿਆ, ਹੁਣ ਆਪਾਂ ਨਵਾਂ ਲੈ ਕੇ ਆਏ ਹਾਂ, ਇਹਨੂੰ ਕਰਾਂਗੇ ਫਿੱਟ। ਲਓ ਜੀ, ਬਾਕੀ ਆਪਾਂ ਲਾਈਟਾਂ ਜਗਾ ਦਿੱਤੀਆਂ ਸੀਗੀਆਂ ਜੀਪ ਦੀਆਂ, ਅਤੇ ਬਾਕੀ ਮਾੜਾ ਮੋਟਾ ਕੰਮ ਰਹਿ ਗਿਆ ਉਹ ਫਿਰ ਕਰ ਦਾਂਗੇ, ਅਤੇ ਲੇਟੀ ਵੀ ਲੈ ਕੇ ਚੱਲਦੇ ਆਪਾਂ ਟਰੈਕਟਰ 'ਤੇ ਚੱਲਾਂਗੇ। ਬਾਕੀ ਇਹਦਾ ਆਹ ਵਾਲਾ ਫਲੈਸ਼ਰ ਹੋ ਗਿਆ ਖਰਾਬ, ਇਹ ਖੋਲਦੇ ਹਾਂ ਅਤੇ ਆਪਾਂ ਨਵਾਂ ਲਾਉਣੇ ਇਹ 'ਤੇ, ਅਤੇ ਉਹ ਵੀ ਦਿਖਾਉਣੇ ਤੁਹਾਨੂੰ। ਕਿਉਂ ਮੁੰਡਿਆ, ਫਿਰ ਦੇਖੋ ਜਗਮਗ ਕਰ ਦੇਣੀ ਆ, ਮਿੰਟ 5 ਦਾ ਕੰਮ ਆ ਅਤੇ 5 ਮਿੰਟਾਂ ਫਿੱਟ ਕਰ ਦੇਣੇ ਆ, ਫਿਰ ਚੱਲਦੇ ਆਪਾਂ। ਮਿੱਤਰੋ ਆਹ ਨਵਾਂ ਫਲੈਸ਼ਰ ਹੈ ਇਹਦਾ, ਹਾਰਨ ਟਿਊਨਰ ਕਹਿੰਦੇ ਹੁੰਦੇ ਇਹਨੂੰ, ਇਲੈਕਟ੍ਰੀਸ਼ਨ ਹਾਰਨ ਟਿਊਨਰ। ਅਤੇ ਬਾਕੀ ਇਹਨੂੰ ਕਰਦੇ ਆਪਾਂ ਫਿੱਟ, ਅਤੇ ਫਿਰ ਦੇਖੋ ਜਿਹੜੀਆਂ ਆਪਣੀਆਂ ਬੱਤੀਆਂ ਜਿਹੀਆਂ ਖੜ ਗਈਆਂ, ਜਗਮਗ ਕਰਨ ਨੂੰ ਖੜ ਗਈਆਂ ਸੀਗੀਆਂ, ਅਤੇ ਇਹਦੇ ਨਾਲ ਕਰ ਦਿੰਦੀਆਂ ਤੁਹਾਨੂੰ ਮੋੜ ਬਦਲ ਕੇ ਦਿਖਾਵਾਂਗੇ। ਅਤੇ ਬਾਕੀ ਆਹ ਫਲੈਸ਼ਰ ਜਾਊਗਾ ਅਸੀਂ ਆਪਣਾ ਖਰਾਬ, ਅਤੇ ਜੋ ਤਾਂ ਤਾਰਾਂ ਪੱਟੀ ਜਾਂਦਾ, ਅਤੇ ਬਾਕੀ ਫਿਰ ਮੈਂ ਕਰਦਾ ਤਾਰਾਂ ਦੀ ਫੀਟਿੰਗ, ਅਤੇ ਤੁਹਾਨੂੰ ਦਿਖਾਉਣੇ ਸਰ ਅੱਗੇ, ਅਤੇ ਫਿਰ ਤੁਹਾਨੂੰ ਜਗਮਗ ਕਰਕੇ ਦਿਖਾਵਾਂਗੇ। ਫਿਰ ਚੱਲਦੇ ਆਪਾਂ ਟਰੈਕਟਰ ਲੈ ਕੇ ਚੱਕੀ 'ਤੇ, ਉੱਥੇ ਦਾਣਾ ਦੂਣਾ ਸੁੱਟ ਕੇ ਆਉਣੇ ਆ, ਅਤੇ ਜੇ ਉਹਨੇ ਕੱਢਾ ਤਾਂ ਚੱਕ ਲਿਆਵਾਂਗੇ, ਨਹੀਂ ਫਿਰ ਸੁਬਾਹ ਸਵਾ ਚੱਕ ਲਿਆਵਾਂਗੇ। ਅਤੇ ਬਾਕੀ ਜੋੜ ਖੋਲਤਾ ਇੱਧਰੋਂ, ਨਾ ਇੱਥੇ ਤਾਰ ਖਿੱਚਣ ਦੀ ਛੋਰਾ, ਅਰਥ ਤਾਂ ਹੀ ਰੱਖਾਂਗੇ, ਅਰਥ ਇਹਦਾ ਲਾਉਣਾ ਹੈ ਨਾ। ਬਾਕੀ ਆਹ ਸੁੱਚ ਵੀ ਲਿਆ ਕੇ ਆਪਾਂ ਨਵੀਂ ਲਾਵਾਂਗੇ ਇੱਥੇ, ਆਹ ਫਲੈਸ਼ਰ ਜਿਹਾ ਸਾਡਾ ਖਰਾਬ ਹੋ ਗਿਆ, ਉਹਦੇ ਇਹਦੇ ਤੋਂ ਇਹ ਉੱਧਰ ਤਾਰ ਲੱਗੀ, ਇੱਥੋਂ ਹੀ ਤਾਰ ਕੱਟ ਦਾਂਗੇ ਜੀ। ਫਿਰ ਆਹ ਫਲੈਸ਼ਰ ਵੀ ਚੈੱਕ ਕਰਾਂਗੇ ਚੱਲਦਾ ਕਿ ਨਹੀਂ, ਇਹ ਬਟਨ ਜਿਹੇ ਤਾਂ ਕੰਮ ਕਰਦੇ ਰਹੂ, ਕੰਮ ਚੱਲਦਾ ਨਹੀਂ। ਬਾਕੀ ਆ ਕਰਦੇ ਫਿੱਟ, ਬਾਕੀ ਬਲੌਗ ਨੂੰ ਸਾਰਾ ਦੇਖਿਆ ਕਰੋ। ਬਾਕੀ ਆਪਾਂ ਜੀਪ ਦੇ ਘਰ ਸੀ ਜਗਮਗ, ਬਾਕੀ ਟਰੈਕਟਰ ਦੀ ਵੀ ਕਰ ਰਹੇ ਹਾਂ, ਟਰੈਕਟਰ ਦੀ ਬਾਬਾ ਨੇ ਕਰ ਦੀ ਵੀਡੀਓ, ਦੁੱਬੜੀਆਂ ਚੱਲ ਪਈਆਂ। ਬਾਕੀ ਕਿਹੜਾ ਆਪਾਂ ਟਿਊਨਰ ਫਿੱਟ ਕਰ ਲਈ ਸੀਗੀ ਅੱਧੀ ਜੀ, ਅਤੇ ਇਹਨੂੰ ਆ ਕੇ ਫਿੱਟ ਕਰਦੇ ਆਪਾਂ, ਪਹਿਲਾਂ ਦਾਣਾ ਸਿੱਟੇ ਕੇ ਕਿਹੜਾ ਤੁਹਾਨੂੰ ਜਗਾ ਕੇ ਦਿਖਾਉਣੇ ਇੱਕ ਵਾਰੀ, ਚੱਲ ਬਾਈ ਦੇਖ ਸਕਦੇ ਹੋ। ਅਤੇ ਬਾਕੀ ਮੋੜ ਹੋਰ ਬਦਲ ਕੇ ਦਿਖਾ ਜੂ, ਤਾਂ ਬਦਲੀ ਇੱਕ ਆਹ ਮੋੜ ਹੈ, ਇੱਕ ਹੋਰ ਬਦਲਾ, ਇੱਥੇ ਸਿੱਧੀਆਂ ਜਾਂਦੀਆਂ ਸਿੰਪਲ, ਚੱਲ ਇੱਕ ਮੋੜੀ ਫੁੱਲ ਤੇਜ਼ ਕਰਦੇ, ਹੋਰ ਤੇਜ਼ ਕਰਦੇ, ਹੋਰ ਤੇਜ਼ ਕਰਦੇ, ਥੱਲੇ ਹੋਊਗੀ ਇੱਕ, ਜਾ ਕੇ ਤਾਣ ਹੁੰਦੀ ਆ ਜਮਾਂ ਥੱਲੇ ਕਰੀ। ਬਾਕੀ ਆਹ ਫੁੱਲ ਤੇਜ਼ ਆ, ਖੜ ਜਾ ਜਗਾ ਕੇ ਦਿਖਾ ਇੱਕ ਵਾਰੀ, ਆਹ ਫੁੱਲ ਤੇਜ਼ ਆ ਬਸ ਮੋੜ। ਬਾਕੀ ਅਜੇ ਇੱਕ ਤਾਰ ਅਸੀਂ ਲਾਈਨ ਨੂੰ ਆ ਕੇ ਲਾਵਾਂਗੇ, ਫਿੱਟ ਕਰਦੇ ਉਹਨੂੰ। ਅਤੇ ਬਾਕੀ ਚੱਲਦੇ ਕਿਹੜਾ ਫਿੱਟ, ਅਤੇ ਸੂਟੀ ਕਰ ਲਈਏ ਫਿੱਟ ਭਰਾਓ, ਐਸ ਲੋਡਰ ਨਹੀਂ ਧਰਨੀ, ਆਏ ਤਾਂ ਲਿੰਕ ਦੇ ਦਊ। ਚੱਲ ਹਾਂ ਹੀ ਕਰ ਲਾ, ਹੈਦਰ ਹਾਈ ਚੜਾ ਦੇ ਨੁੱਕਰ 'ਚ, ਆਪਾਂ ਗੱਟੇ ਲਿਆਉਣੇ ਚੱਕ ਕੇ, ਆਇਆ ਗੱਟੇ ਚੱਕ ਲੈਣੇ ਆ, ਫਿਰ ਸੈੱਟ ਕਰ ਲਾਂਗੇ ਇਹਨੂੰ ਆਇਆ। ਅਤੇ ਬਾਕੀ ਉਹ ਪਿਆ ਗੱਟੇ, ਅਤੇ ਇੱਧਰ ਕਹਿੰਦੇ ਆਪਣਾ ਪ੍ਰੀਤ ਖੜਾ ਮੇਰੇ ਵੀਰੋ ਪ੍ਰੀਤ, ਬਾਕੀ ਸਾਡਾ ਜੋ ਡਰਾਈਵਰੀ ਕਰੂਗਾ, ਹਾਂ ਇਹਨਾਂ ਗੱਟੇ ਮੂੰਹ ਨਾ ਖੋਲਦੀ, ਹਾਏ ਅਰਸ਼ ਢਾਣੀ, ਅਰਸ਼ ਢਾਣੀ ਹਜੇ ਤਾਂ ਕੀ ਲਿਖਿਆ ਹੋਵੇ, ਹਜੇ ਤਾਂ ਕੁਛ ਨਹੀਂ ਲਿਖਿਆ, ਤਾਂ ਅਰਸ਼ ਢਾਣੀ ਲਿਖਿਆ। ਬਾਕੀ ਚੱਲਦੇ ਹਾਂ ਧਰ ਲਗੇ ਫਿਰ ਦਿਖਾਉਣੇ, ਬਾਕੀ ਗੱਟੇ ਗੁੱਟੇ ਧਰ ਲਏ ਹੁਣ ਚੱਲਦੇ ਅਸੀਂ, ਚੱਲ ਵੀ ਗੋਲੂ ਬੋੜਦੇ ਫੁੱਲ ਬੋੜਦੇ, ਕੱਟੇ ਦਾ ਨਹੀਂ ਆਪਣੇ ਲੱਗਦੇ ਹੋਏ, ਹੌਲੀ ਹੌਲੀ ਚੱਲੀ, ਚੰਗਾ ਚੰਗਾ ਡਰਾਈਵਰਾ।
ਸ਼ਾਇਦ ਨਿਗਾਹ ਰੱਖ। ਅਤੇ ਬਾਕੀ ਚੱਲੇ ਸੀਗੇ ਜੀ ਮੈਂ ਅਤੇ ਜੋਤ ਦਾਣਾ ਕੱਢ ਕੇ ਆਉਂਦੇ ਹਾਂ, ਸੋਰੀ ਲੇਟੀ ਜੇ ਉਹਨੇ ਕੱਢਤੀ ਤਾਂ ਲੇਟੀ ਕਢਾ ਕੇ ਲਿਆਵਾਂਗੇ ਤਾਂ ਨਹੀਂ ਅਸੀਂ ਉੱਥੇ ਰੱਖ ਜਾਣਾ ਜਰਾ। ਅਤੇ ਬਾਕੀ ਚੱਲੇ ਆ ਦੋ ਗੱਟੇ ਸੀਗੇ ਅਤੇ ਬਾਕੀ ਫਰੈਸ਼ਰ ਘੱਟ ਤਾਂ ਫਿੱਟ ਅਤੇ ਬਾਕੀ ਆ ਗਏ ਲੈਟਰ ਲੁਟਰ ਹੋਰ ਲਾਉਣੇ ਥੱਲੇ ਜਗਮਾ ਕਰ ਨਾ ਹੋਏ ਗੱਟੇ ਡਿੱਗ ਪੈਣ। ਬਾਕੀ ਪਹੁੰਚ ਗਏ ਸੀਗੇ ਜੀ ਚੱਕੀ 'ਤੇ। ਕੈਸੇ ਹੋ ਜੋ ਤਾਂ ਅਤੇ ਬਾਕੀ ਜਾ ਕੇ ਲਾਉਣੇ ਲੈਟਰ ਲੁਟਾ ਪਏ ਦੇ ਬਾਅਦ 10-15 ਮਿੰਟ ਲੱਗਣਗੇ। ਬਾਕੀ ਅਸੀਂ ਰੇਟੀ ਕਢਾ ਕੇ ਆਈ ਜਾਂਦੇ ਗੱਟਾ ਜਿਹਾ ਮੈਂ ਡਿੱਗਣ ਦਾ ਕਿਤੇ ਇੱਧਰੋਂ ਬਸਦਾ ਕਿਤੇ ਇੱਧਰ ਨੂੰ ਜੇ ਤਾਂ ਘਰ ਤੱਕ ਪਹੁੰਚੂ। ਬਾਕੀ ਘਰ ਵੀ ਆਉਣ ਵਾਲਾ ਬਾਗ ਜੂਗਾ ਮੇਰੇ ਹਿਸਾਬ ਨਾਲ ਤਾਂ ਪਹੁੰਚ ਜਾਓ ਤੂੰ। ਪਹਿਲਾਂ ਗਾਈਸ ਆਪਣੀਆਂ ਸਾਰੀਆਂ ਬੱਤੀਆਂ ਬਲਿੰਕ ਕਰਦੀਆਂ ਬਲੂ ਅਤੇ ਵਾਈਟ ਇਕੱਠੀਆਂ ਕਰਦੀਆਂ ਸੀ, ਹੁਣ ਆਪਾਂ ਕੀ ਕਰਦੇ ਵਾਈਟ ਅੱਡ ਕਰਨ ਲਾ ਦਿਆਂਗੇ ਬਲੂ ਅੱਡ ਅਤੇ ਆਹ ਦੇਖ ਸਕਦੇ ਹੋ ਅਤੇ ਛੱਡਦੇ ਸੀ ਆਪਾਂ ਸਾਰੀਆਂ ਇਕੱਠੀਆਂ ਕਰਦੀਆਂ ਇੱਕੋ ਜਿਹਾ ਠੀਕ ਆ। ਅਤੇ ਹੁਣ ਆ ਜੇ ਜਿਵੇਂ ਆਪਾਂ ਪੀਲੀਆਂ ਲਾ ਕੇ ਦੇਖਦੇ ਹਾਂ ਇੱਧਰ ਆਹ ਫਲੈਸ਼ਰ 'ਚ ਦੋ ਮੋੜ ਹੁੰਦੇ ਆ, ਜਿਵੇਂ ਉਹ ਪਹਿਲਾਂ ਚੱਲਣਗਾ ਆਹ ਬਾਅਦ ਚੱਲਦੀਆਂ, ਜੇ ਆਹ ਪਹਿਲਾਂ ਚੱਲ ਪਊ ਉਹ ਬਾਅਦ ਚੱਲਦੀਆਂ, ਐਂ ਕਨੈਕਸ਼ਨ ਕਰਦੇ ਆਪਾਂ। ਅਤੇ ਬਾਕੀ ਆ ਟਿਊਨਰ ਆਪਾਂ ਨਵਾਂ ਲਾਇਆ ਸੀ ਅਤੇ ਬਾਕੀ ਕਰਦੇ ਇਹਨਾਂ ਨੂੰ ਫਿੱਟ ਅਰਥ ਇਹਨਾਂ ਦਾ ਅੱਡ ਕਰ ਦਿੰਦੇ ਹਾਂ। ਪਹਿਲਾਂ ਅਰਥ ਉੱਥੇ ਲੱਗੇ ਸੀ ਆਪਾਂ ਅਤੇ ਫਿਰ ਨਾਲੇ ਆਪਣੇ ਦੋ ਚੱਲਣ ਲੱਗ ਗਏ ਨੇ ਇੱਥੇ, ਆਪਾਂ ਇੱਕ ਇੱਕ ਚਿੱਟੀ ਹੋਰ ਵਧਾ ਦਾਂਗੇ ਜਾਂ ਲੀਲੀ ਠੀਕ ਹੈ ਜੀ। ਅਤੇ ਬਾਕੀ ਖੋਲ੍ਹ ਕੇ ਅਤੇ ਕਰਦਾ ਮੈਂ ਸੈੱਟ ਟੇਬਲ ਲਾ ਕੇ ਦੀ ਅਤੇ ਦਿਖਾਉਣੇ ਤੁਹਾਨੂੰ ਅੱਗੇ ਕੀ ਬਣਦਾ। ਬਾਕੀ ਗਾਈਸ ਪਹਿਲਾਂ ਦੋ ਦੋ ਬਲਿਊ ਸੀਗੀਆਂ ਆਪਾਂ ਤਿੰਨ ਕਰਤੀਆਂ ਅਤੇ ਆਪਾਂ ਤਿੰਨ ਹੀ ਵਾਈਟ ਕਰ ਦਾਂਗੇ ਅਤੇ ਬਾਕੀ ਕਰਦੇ ਹਾਂ ਫੀਟਿੰਗ ਅਤੇ ਫਿਰ ਤੁਹਾਨੂੰ ਦਿਖਾਉਣੇ ਜਗਾ ਕੇ ਅਤੇ ਆਹ ਚੇਪੀ ਚੁੱਪੀ ਲਾ ਲੈਂਦੇ ਮੈਂ। ਅਤੇ ਬਾਕੀ ਗਾਈਸ ਇਹਨੇ ਕਨੈਕਸ਼ਨ ਕਰਤੇ ਹੁਣ ਤੁਹਾਨੂੰ ਜਗਾ ਕੇ ਦਿਖਾਉਣਾ ਕਿਵੇਂ ਕਿਵੇਂ ਕਰਤੇ ਇਹ ਦੇ ਪਹਿਲਾਂ ਉਹ ਫਿਰ ਉਹ ਲੋਡ ਘੰਟ ਲੱਗਦੀ ਨਾ ਅਤੇ ਬਾਕੀ ਹੋਰ ਵੀ ਮੋੜ ਆ ਮੈਂ ਹੋਰ ਚੇਂਜ ਕਰਕੇ ਦਿਖਾਉਣਾ ਤੁਹਾਨੂੰ। ਇੱਕ ਮਿੰਟ ਅਰਥ ਲਾ ਦੀ ਮਾੜਾ ਗਰਾਂਡ ਘਾ ਦੇਈਏ ਦੇਖ ਸਕਦੇ ਹੋ ਮੈਂ ਮੋੜ ਹੋਰ ਚੇਂਜ ਕਰਦਾ ਇੱਥੇ ਸਿੰਪਲ ਜਗਦੀਆਂ ਇੱਥੇ ਆਏ ਹਾਂ ਇੱਥੇ ਆਏ ਹਾਂ ਇੱਥੇ ਜਾਏ ਹਾਂ ਖੜਦੀਆਂ ਇੱਥੇ ਐਂ ਚੱਲਦੀਆਂ ਇੱਥੇ ਐਂ ਚੱਲਦੀਆਂ ਇਦੂ ਤੇ ਜਾਏ ਹਾਂ ਇਦੂ ਤੇ ਘੱਟ ਪਤਾ ਲੱਗਦਾ ਸਹੀ ਤਾਂ ਆਹੀ ਵਧੀਆ। ਬਾਕੀ ਤੁਸੀਂ ਕਮੈਂਟ ਕਰਕੇ ਦੱਸਿਓ ਬਾਕੀ ਇਹਦੀ ਫੀਟਿੰਗ ਕਰ ਲਈਏ ਇੱਥੇ ਅਤੇ ਬਾਕੀ ਫਿਰ ਦਿਖਾਉਣੇ ਤੁਹਾਨੂੰ ਸਾਰਾ ਅੱਗੇ। ਬਾਕੀ ਗਾਈਸ ਨਵਾਂ ਟਿਊਨਰ ਲਾਤਾ ਹੁਣ ਦੇਖੋ ਚੰਨ ਵਧੀਆ ਟੋਪ ਦਾ ਹੁਣ ਲੱਗ ਗਿਆ ਦੇਖ ਸਕਦੇ ਹੋ। ਬਾਕੀ ਥੋੜ੍ਹਾ ਫੈਵੀਕੁਇਕ ਲਾਉਣਾ ਨੇ ਨਾ ਇਸ ਮਾਰ ਕੇ ਚਿਪਕਣ ਇਹ ਬਾਕੀ ਕੱਲ੍ਹ ਨੂੰ ਸਾਰਿਆਂ ਕੰਪਲੀਟ ਕਰ ਦੇਵਾਂਗੇ ਆਪਾਂ। ਬਾਕੀ ਦੇਖ ਸਕਦੇ ਹੋ ਆਹ ਥੱਲੜੀਆਂ ਦਾ ਅਰਥ ਲਾਉਣਾ ਰਹਿ ਗਿਆ ਅਤੇ ਬਾਕੀ ਸਾਰਾ ਕੰਪਲੀਟ ਆ ਟਰੈਕਟਰ ਓਕੇ ਆ ਕੰਡੀਸ਼ਨ ਉਹਦਾ ਅਰਥ ਥੱਲ ਗਿਆ। ਬਾਕੀ ਅਜੇ ਅਰਥ ਉਰਥ ਵੀ ਨਹੀਂ ਇਹਨਾਂ ਦੇ ਪੱਕੇ ਕਰੇ। ਬਾਕੀ ਤੁਹਾਨੂੰ ਅੱਜ ਦਿਖਾਉਣ ਦੇ ਲਈ ਬਲੋਗ ਦੇ ਵਿੱਚ ਇੰਨਾ ਕੰਮ ਫਿੱਟ ਕਰਿਆ ਅਤੇ ਬਾਕੀ ਆ ਮੋੜ ਜਿਹਾ ਬਾਕੀ ਕੱਲ੍ਹ ਨੂੰ ਸਾਰਾ ਸੈੱਟ ਕਰ ਦਾਂਗੇ। ਬਾਕੀ ਤੁਹਾਨੂੰ ਅੱਜ ਦਾ ਬਲੌਗ ਆਪਣਾ ਕਿਵੇਂ ਦਾ ਲੱਗਿਆ ਲਾਈਕ ਕਮੈਂਟ ਸ਼ੇਅਰ ਚੈਨਲ ਨੂੰ ਕਰੋ ਦੱਬ ਕੇ ਸਬਸਕ੍ਰਾਈਬ। ਮਿਲਦੇ ਹਾਂ ਇੱਕ ਹੋਰ ਨਵੇਂ ਬਲੌਗ ਦੇ ਵਿੱਚ।